ਮੇਰੀਆਂ ਵੀਡੀਓ ਬਣਾ ਰਹੇ ਹੋ ਜੇ ਮੇਰਾ ਮਰ ਜਾਣਾ ਮੇਰਾ ਪੰਜ ਕੱਲਾ ਉਹਦਾ ਫੇਰਾ ਰਹੇ ਇਹ ਤਸਵੀਰਾਂ ਐਸਐਸਪੀ ਦੇ ਘਰ ਦੇ ਬਾਹਰ ਦੀਆਂ ਨੇ ਜਿਸ ਦੇ ਗੇਟ ਦੇ ਬਾਹਰ ਖੜੇ ਖੂਨ ਨਾਲ ਲਥਪਥ ਇਹ ਦੋ ਵਿਅਕਤੀ ਰੋ ਰੋ ਕੇ ਦਰਵਾਜ਼ਾ ਖੜਕਾ ਰਹੇ ਨੇ ਤੇ ਮਦਦ ਦੀ ਗੁਹਾਰ ਲਗਾ ਰਹੇ ਨੇ ਜਿਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਇਹਨਾਂ ਦੋਨਾਂ ਦੇ ਵੱਲੋਂ ਆਪਣੇ ਨਾਲ ਹੋਈ ਕੁੱਟਮਾਰ ਦੀ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਨੂੰ ਕਿਸੇ ਨੇ ਕੁੱਟਿਆ ਹੈ, ਉਹਨਾਂ ਦੇ ਪਰਿਵਾਰ ਤੇ ਵੀ ਹਮਲਾ ਕੀਤਾ ਹੈ, ਜਿਸ ਲਈ ਪੁਲਿਸ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਤਾਂ ਹੁਣ ਐਸਐਸਪੀ ਦੇ ਰਿਹਾਇਸ਼ ਦੇ ਬਾਹਰ ਪਹੁੰਚੇ ਨੇ ਤੇ ਇੱਥੇ ਵੀ ਉਹਨਾਂ ਦੀ ਗੁਹਾਰ ਕੋਈ ਨਹੀਂ ਸੁਣ ਰਿਹਾ। ਇਹਨਾਂ ਦੋਨਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਜੇ ਕੁਝ ਹੋ ਗਿਆ ਤਾਂ ਉਸ ਦੇ ਲਈ ਜ਼ਿੰਮੇਵਾਰ ਕੌਣ ਹੋਏਗਾ, ਲੋਕਾਂ ਦੀ ਸੁਰੱਖਿਆ ਕਿਸ ਦੇ ਹੱਥ ਵਿੱਚ ਹੈ, ਲੋਕਾਂ ਦੀ ਸੁਰੱਖਿਆ ਲਈ ਕੌਣ ਜ਼ਿੰਮੇਵਾਰ ਹੈ। ਸੋ ਇਸੇ ਨੂੰ ਲੈ ਕੇ ਹੀ ਇਹ ਦੋਨੋਂ ਵਿਅਕਤੀ ਇੱਥੇ ਐਸਐਸਪੀ ਦੇ ਰਿਹਾਇਸ਼ ਦੇ ਬਾਹਰ ਪਹੁੰਚੇ, ਦਰਵਾਜ਼ਾ ਖੜਕਾਉਂਦੇ ਰਹੇ ਨੇ, ਰੋ ਰੋ ਕੇ ਗੁਹਾਰ ਲਗਾਉਂਦੇ ਰਹੇ ਨੇ, ਖੂਨ ਨਾਲ ਦੋਨੋਂ ਲੱਥਪੱਥ ਨੇ। ਹਸਪਤਾਲ ਜਾਣ ਦੀ ਬਜਾਏ ਉਹ ਸਿੱਧਾ ਐਸਐਸਪੀ ਦੇ ਘਰ ਦੇ ਬਾਹਰ ਪਹੁੰਚੇ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਤੇ ਵੀ ਹਮਲਾ ਹੋਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਪੁਲਿਸ ਤੋਂ ਮਦਦ ਮੰਗੀ ਜਾ ਰਹੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀ ਸੁਣਵਾਈ ਕਿਸੇ ਵੱਲੋਂ ਵੀ ਨਹੀਂ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਬਠਿੰਡਾ ਦੀਆਂ ਨੇ ਤੇ ਬਠਿੰਡਾ ਦੇ ਹੀ ਐਸਐਸਪੀ ਦੇ ਘਰ ਦੇ ਬਾਹਰ ਇਹ ਦੋਨੋਂ ਵਿਅਕਤੀ ਖੜੇ ਨੇ ਜੋ ਖੂਨ ਨਾਲ ਲੱਥਪੱਥ ਨੇ ਤੇ ਰੋ ਰੋ ਕੇ ਮਦਦ ਮੰਗ ਰਹੇ ਨੇ। ਤੁਸੀਂ ਮੇਰੀਆਂ ਵੀਡੀਓ ਬਣਾ ਰਹੇ ਹੋ, ਜੇ ਮੇਰਾ ਮਰ ਜਾਣਾ ਮੇਰਾ ਪੰਜ ਕੱਲਾ ਉਹਦਾ ਫੇਰਾ ਰਹੇ। ਇਹ ਤਸਵੀਰਾਂ ਐਸਐਸਪੀ ਦੇ ਘਰ ਦੇ ਬਾਹਰ ਦੀਆਂ ਨੇ ਜਿਸ ਦੇ ਗੇਟ ਦੇ ਬਾਹਰ ਖੜੇ ਖੂਨ ਨਾਲ ਲੱਥਪੱਥ ਇਹ ਦੋ ਵਿਅਕਤੀ ਰੋ ਰੋ ਕੇ ਦਰਵਾਜ਼ਾ ਖੜਕਾ ਰਹੇ ਨੇ ਤੇ ਮਦਦ ਦੀ ਗੁਹਾਰ ਲਗਾ ਰਹੇ ਨੇ ਜਿਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਇਹਨਾਂ ਦੋਨਾਂ ਦੇ ਵੱਲੋਂ ਆਪਣੇ ਨਾਲ ਹੋਈ ਕੁੱਟਮਾਰ ਦੀ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਨੂੰ ਕਿਸੇ ਨੇ ਕੁੱਟਿਆ ਹੈ, ਉਹਨਾਂ ਦੇ ਪਰਿਵਾਰ ਤੇ ਵੀ ਹਮਲਾ ਕੀਤਾ ਹੈ, ਜਿਸ ਲਈ ਪੁਲਿਸ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਤਾਂ ਹੁਣ ਐਸਐਸਪੀ ਦੇ ਰਿਹਾਇਸ਼ ਦੇ ਬਾਹਰ ਪਹੁੰਚੇ ਨੇ ਤੇ ਇੱਥੇ ਵੀ ਉਹਨਾਂ ਦੀ ਗੁਹਾਰ ਕੋਈ ਨਹੀਂ ਸੁਣ ਰਿਹਾ। ਇਹਨਾਂ ਦੋਨਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਜੇ ਕੁਝ ਹੋ ਗਿਆ ਤਾਂ ਉਸ ਦੇ ਲਈ ਜ਼ਿੰਮੇਵਾਰ ਕੌਣ ਹੋਏਗਾ, ਲੋਕਾਂ ਦੀ ਸੁਰੱਖਿਆ ਕਿਸ ਦੇ ਹੱਥ ਵਿੱਚ ਹੈ, ਲੋਕਾਂ ਦੀ ਸੁਰੱਖਿਆ ਲਈ ਕੌਣ ਜ਼ਿੰਮੇਵਾਰ ਹੈ। ਸੋ ਇਸੇ ਨੂੰ ਲੈ ਕੇ ਹੀ ਇਹ ਦੋਨੋਂ ਵਿਅਕਤੀ ਇੱਥੇ ਐਸਐਸਪੀ ਦੇ ਰਿਹਾਇਸ਼ ਦੇ ਬਾਹਰ ਪਹੁੰਚੇ, ਦਰਵਾਜ਼ਾ ਖੜਕਾਉਂਦੇ ਰਹੇ ਨੇ, ਰੋ ਰੋ ਕੇ ਗੁਹਾਰ ਲਗਾਉਂਦੇ ਰਹੇ ਨੇ, ਖੂਨ ਨਾਲ ਦੋਨੋਂ ਲੱਥਪੱਥ ਨੇ। ਹਸਪਤਾਲ ਜਾਣ ਦੀ ਬਜਾਏ ਉਹ ਸਿੱਧਾ ਐਸਐਸਪੀ ਦੇ ਘਰ ਦੇ ਬਾਹਰ ਪਹੁੰਚੇ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਤੇ ਵੀ ਹਮਲਾ ਹੋਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਪੁਲਿਸ ਤੋਂ ਮਦਦ ਮੰਗੀ ਜਾ ਰਹੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀ ਸੁਣਵਾਈ ਕਿਸੇ ਵੱਲੋਂ ਵੀ ਨਹੀਂ ਕੀਤੀ ਜਾ ਰਹੀ ਹੈ। ਤਸਵੀਰਾਂ ਬਠਿੰਡਾ ਦੀਆਂ ਨੇ ਤੇ ਬਠਿੰਡਾ ਦੇ ਹੀ ਐਸਐਸਪੀ ਦੇ ਘਰ ਦੇ ਬਾਹਰ ਇਹ ਦੋਨੋਂ ਵਿਅਕਤੀ ਖੜੇ ਨੇ ਜੋ ਖੂਨ ਨਾਲ ਲੱਥਪੱਥ ਨੇ ਤੇ ਰੋ ਰੋ ਕੇ ਮਦਦ ਮੰਗ ਰਹੇ ਨੇ।